बिस्मिल्लाह इर्रहमान इर्रहीम, अस्सलाम वालेकुम व्यूअर्स। आज हम आपको दिखाएंगे कि किस तरह से बकरे और बकरियां खरीदी जाती हैं, क्योंकि अवैस भाई अपने फार्म के लिए फैटिंग के लिए बकरे का सौदा करेंगे और ये सारा जो प्रोसीजर है हम आपको लाइव दिखाएंगे। तो चलें हम वीडियो को स्टार्ट करते हैं। अब सेकंड मैं ये सोच रहा हूँ कि कम प्राइस में भी कोई बकरा ऐसा भी हो। पहले मेरे पास जो बकरे हैं वो ज़्यादा बड़े हैं, तो कुछ ऐसे लोग भी होते हैं कि वो कम प्राइस में ख़रीदना चाह रहे होते हैं। देखिए तो, नॉर्मल रेंज जो होता है ना, उस तरह के वैसे भाई बोल रहे हैं कि इनके पास 10 से 12 बकरे इस तरह के जो कि हाई प्राइस के हैं, 30,000 से ऊपर के। जो ये बकरा है तो इंशाल्लाह हम इसे ये कोशिश करते हैं कि 20,000 के आसपास, 20,000 के राउंड अबाउट बकरे 10 वैसे भाई चाहते हैं कि 10 बकरे ले लें फैटिंग के लिए, जो कि 20,000 के आसपास हो और कुर्बानी पर अच्छे निकल भी जाएँ और हर बंदा जानवर ले भी ले। ठीक है, 20-25 हज़ार का नॉर्मल हर बंदा भर देता है। 20-25 हज़ार, 20,000 से तो ऊपर ही जो ना क्या आजकल कुर्बानी दी जाती है, कम से कम भी 20,000 की। दांत तो इसके चेक कराएं कितने? दो दांत है, मैंने चेक किए हैं, दो दांत है। तो वज़न इसका एस्टिमेट कितना होगा? वज़न इसका इस टाइम इसका गोश्त जो है ना वो 12 से 13 किलो होगा। तो इसकी प्राइस क्या होनी चाहिए मेरे अंदाजे से? अगर मुझे ये 20 से 21 के दरमियान मिल जाए तो मेरे लिए बेहतर है। फिर ये है कि अगर मैं इसको खुराक भी डालूं तो ईद पे ये 30 से ऊपर चले जाएगा, 30 से ऊपर भी जा सकता है। चलो तैयब भाई बुलाएं फिर इसको, बंदे को बुलाएं। अवैस भाई वो बंदे उधर लग गए। तो व्यूअर्स अवैस भाई मालिक को ले आए हैं साथ, तो सौदा आपको दिखाते हैं। लेला बेचना है, ਵੇਚਣ ਵਾਸਤੇ ਮੈਂ ਤੁਹਾਡੇ ਭਾਈ ਨਾਲ ਗੱਲ ਕੀਤੀ ਹੈ, ਲੈ ਲੈ ਆਲੂ ਨਾ। ਹਾਂਜੀ, ਉਹਨਾਂ ਨੇ ਆਖਿਆ ਸੀ ਵੇਚਣਾ, ਉਹਨਾਂ ਕਿਹਾ ਸਾਡਾ ਭਰਾ ਉੱਧਰ ਝਾਰਦਾ ਪਿਆ ਬਾਹਰ ਲੈ ਲੈ, ਤੇ ਤੁਸੀਂ ਉਹਦੇ ਨਾਲ ਗੱਲ ਕਰ ਲਓ ਵੀ ਉਹਨੇ ਹੀ ਦੇਣਾ ਵੀ। ਮੈਂ ਤਾਂ ਉਹਨਾਂ ਨੂੰ ਆਖਿਆ ਕਿ ਤੁਸੀਂ ਗੱਲ ਕਰੋ ਵੀ ਜੋ ਵੀ ਹੈ। ਉਹਨਾਂ ਆਖਿਆ ਨਹੀਂ ਯਾਰ ਤੁਸੀਂ ਲੈ ਲਾ ਵੀ ਵੇਖ ਲਵੋ ਤੇ ਫਿਰ ਗੱਲ ਕਰ ਲਓ ਵੀ। ਤੇ ਹੈ ਅੰਡਲ ਹੈ, ਦੁੰਦਾ ਦੋ ਦੰਦ ਹੈ, ਮੈਂ ਚੈੱਕ ਕੀਤਾ। ਤੇ ਕੀ ਇਹਦਾ ਕੀ ਪੈਸੇ ਕਿੰਨੇ ਜੇ? ਇਹਦੇ ਪੈਸੇ ਜੀ 29,000 ਰੁਪਈਆ। 29,000 ਰੁਪਈਆ? ਹਾਂਜੀ 29,000 ਦੇ ਤੇ ਮੈਂ 28,000 ਦੇ, 25,000 ਦੇ ਚੰਗੇ ਬੱਕਰੇ ਲੈ ਲਏ। ਇਹਦੇ ਚੂ ਹੈ ਵੀ ਹੈ, ਟੈਡੀ ਹੈ ਵੀ, ਚੰਗਾ ਬੱਕਰਾ ਜੇ ਨਹੀਂ ਹੈ ਚੰਗਾ ਹੈ, ਲੇਕਿਨ 200 ਰੁਪਏ ਨਹੀਂ ਉਹ ਠੀਕ ਹੈ, ਲੇਕਿਨ ਇਹ ਦੇਖਿਆ ਨਾ ਹੈ ਤੇ ਲਿਸਾ ਹੈ, ਲਿਸਾ ਵੀ ਤੇ ਨਾਲ ਕੱਦ ਨਹੀਂ ਹੈ, ਜਾਂ ਤੇ ਹੈ ਨਾ ਲੌਂਗ ਦੇ ਵਿੱਚ ਲੰਮਾ ਹੋਏ ਤੇ ਫਿਰ ਤੇ ਸਮਝ ਆਂਦੀ ਹੈ ਵੀ ਕਹਿਨੂੰ ਮੈਂ ਜਿੰਨਾ ਵੱਡਾ ਪਾਵਾਂਗਾ ਉੱਪਰ ਹੋਈ ਹੈਗਾ, ਗਰੋਥ ਕਰੇਗਾ। ਕੱਦ ਤੇ ਇਹਦਾ ਨਹੀਂ ਰਹਿਣਾ ਨਾ, ਵੱਡਾ ਪਾਵਾਂਗਾ ਨਹੀਂ ਬੜੇ ਵੱਡੇ ਹੋਈ, ਅਗਰ ਇਹ ਖੀਰਾ ਹੁੰਦਾ ਤਾਂ ਹਾਈਟ ਨਹੀਂ ਵੱਧ ਸਕਦੀ ਵੀ, ਵਜ਼ਨ ਬੜਾ ਵੱਧ ਜਾਂਦਾ ਹੈ। ਵਜ਼ਨ ਲੋਕ ਵਜ਼ਨ ਨੂੰ ਲੰਦੇ ਨਹੀਂ ਆ, ਦੂਸਰੇ ਨੰਬਰ ਤੇ ਇਹਦੇ ਸਿੰਘ ਵੀ ਬੜੇ ਬੜੇ ਵੱਡੇ ਨੇ ਨਾ, ਵਜ਼ਨ ਲੰਦੇ ਨੇ ਯਾਰ। ਭਲਾ ਕੀ ਚੀਜ਼ ਹੈ, ਮੈਂ ਸਿਆਲਕੋਟ ਦੇ ਵਿੱਚ ਤੇ ਸੇਲ ਨਹੀਂ ਕਰਨੇ। ਹਾਂਜੀ, ਹੋ ਸਕਦਾ ਪਿੰਡ ਦੇ ਵਿੱਚ ਹੀ ਕੋਈ ਬੰਦਾ ਲੱਲੇ ਵੀ। ਮੈਂ ਬੱਕਰੇ ਅਗਰ 10-12 ਅਗੇ ਲੈ ਦੇਣੇ ਉਹਨਾਂ ਦੀ ਹਾਈ ਪ੍ਰਾਈਸ ਦੇ ਨੇ, ਠੀਕ ਹੈ 30-35-40-50 ਹਜ਼ਾਰ ਤੱਕ ਨੇ ਉਹ। ਸਾਡੇ ਕੋਲ 100 ਆ ਉਸ ਹਿਸਾਬ ਨਾਲ, ਸਾਡੀ ਮਰਜ਼ੀ ਕਹਿੰਦਾ ਹੀ ਆ ਸਾਰੇ ਪਿੰਡਾਂ 'ਚ ਦੇਣੇ ਨੇ, ਅਸੀਂ ਕੋਈ ਸ਼ਹਿਰ ਨਹੀਂ ਖੜਨਾ, ਅਸੀਂ ਦਾ ਦੇਣਾ ਸ਼ਹਿਰ ਖੜਨੇ ਯਾਰ, ਸਾਡੀ ਮਰਜ਼ੀ ਹੈ ਕਿ ਕੋਈ 20 ਦੇ ਪਿੱਛੇ ਹਰ ਬੰਦੇ ਕੋਲ ਵੀ ਤੇ ਨਹੀਂ ਨਾ, ਕੁਰਬਾਨੀ ਹਰ ਬੰਦੇ। ਤੁਸੀਂ ਦੱਸੋ ਹੁਣ ਫਿਰ ਕਿੰਨੇ ਦਾ ਦੇਣਾ? ਮੇਰੀ ਨਜ਼ਰਾਂ ਦੇ ਵਿੱਚ ਤੇ 17,000 ਰੁਪਏ ਦਾ ਲੈ ਲੈ। ਨਹੀਂ ਪਾ ਹੀ ਨਹੀਂ ਆਨੇ ਦਾ ਦੇਣਾ, ਠੀਕ ਹੈ 12 ਕਿਲੋ ਦੇ ਗੋਸ਼ਤ ਦੇ ਵਿੱਚ ਪਹਿਲਾਂ 28,000 ਦਾ ਬੱਕਰਾ ਦੇਣਾ ਜੀ। ਨਹੀਂ ਵੇਖ ਲੈ ਯਾਰ ਤੇਰੇ ਸਾਹਮਣੇ ਭਲਾ ਕੀ ਚੀਜ਼ ਹੈ, ਖੂਬਸੂਰਤ ਬੱਕਰਾ, ਸੋਹਣਾ ਬੱਕਰਾ ਯਾਰ। ਉਹ ਕਿੰਨੇ ਦੇਰ ਹੋ ਗਏ ਲੈ ਲੈ ਰੱਖੇ ਦੇ ਤੁਹਾਨੂੰ ਕੰਮ ਤੇ ਨੂੰ ਆਈ ਤੇ ਪਤਿਆਸ਼ ਹੋਏ ਬੱਕਰੀਆਂ ਚੁੰਗੀਆਂ ਹੋ ਰਹੇ। ਇਹਦਾ ਵਜ਼ਨ ਕਿੰਨਾ ਹੋਣਾ ਗੋਸ਼ਤ? ਇਹਦਾ ਗੋਸ਼ਤ ਹੋਣਾ ਹੈ 5 ਕਿਲੋ। ਮੈਂ ਜਿਹੜੀ ਮੈਂ ਉਸ ਗੱਡੀ ਜਾਂਦਾ ਦੀ, ਹਾਂਜੀ ਇਹਦਾ ਵਜ਼ਨ ਹੋਣਾ ਇਸ ਟਾਈਮ ਬੱਕਰੇ ਦਾ 12 ਤੋਂ 13 ਕਿਲੋ। ਨਹੀਂ ਯਾਰ ਨਹੀਂ ਨਹੀਂ ਗੋਸ਼ਤ ਦਾ ਬੱਕਰਾ ਨਹੀਂ ਹੋ, 12 ਤੋਂ 13 ਕਿਲੋ ਇਹਦਾ ਗੋਸ਼ਤ ਦਾ ਲੈ ਲੈਦਾ, ਠੀਕ ਹੈ। ਉਹ ਫੇਰ ਵੀ 1500 ਰੁਪਏ ਕਿਲੋ ਦੇ ਹਿਸਾਬ ਨਾਲ ਮੈਂ ਤੈਨੂੰ ਪੈਸੇ ਦੇਣਾ ਪਾਣੀ ਦੇ, ਕੁਰਬਾਨੀ ਦਾ ਗੋਸ਼ਤ ਜੀ 10 ਰੁਪਏ ਕਿਲੋ ਨਾਲ ਨਹੀਂ ਵਿਕਦਾ ਯਾਰ, ਕੁਰਬਾਨੀ ਇਹ ਈਦ ਬੜੀ ਦੂਰ ਹੈ ਯਾਰ, 5000 ਰੁਪਏ ਤੋਂ ਰੱਖਾਂਗੇ ਤੀ ਤੇ ਕਖਰ ਹੋਏਗਾ ਨਾ, ਹੁਣ ਈਦ ਆ ਗਈ ਹੈ, ਰਮਜ਼ਾਨ ਚੜ ਗਿਆ ਤੇ 4 ਮਹੀਨੇ 3 ਮਹੀਨੇ ਇਹ ਬੜੀ ਦੂਰ ਹੈ ਮੇਰਾ ਭਰਾ, 3.5 ਮਹੀਨੇ ਨੇ ਇਹ, ਤੂੰ 3 ਮਹੀਨਿਆਂ ਵਿੱਚ ਲਿਆ ਕੇ 100 ਬੱਕਰਾ ਵੇਚ ਸਕਣਾ ਹੈ। ਫੇਰ ਵੀ ਫਾਈਨਲ ਕੀ ਹੈ, 18000 ਰੁਪਏ ਦੇ ਦਾ? ਨਹੀਂ 28000 ਰੁਪਏ ਦੇ ਦੋ। ਪੇਡੂ ਲਾਈਓ
ਹੈ 27000 ਦਾ ਲੱਕੜਾ ਲੈ ਜਾ ਮੈਂ 28000 ਦੇ 32000 ਦੇ 30000 ਦੇ ਉਹ ਬੱਕਰੇ ਲੈ ਦੇਣ ਇੱਕ ਬੱਕਰਾ ਵੀ ਤੁਹਾਡੇ ਕੋਲ ਨਹੀਂ ਹੈ ਉਸ ਤਰ੍ਹਾਂ ਦਾ ਇਹਦੇ ਨਾਲ ਤਾਂ ਕੋਈ ਇੱਕ ਵੀ ਨਹੀਂ ਹੋਏਗਾ ਕਿਉਂ ਕਹਿੰਦੇ ਸਿੰਘ ਐਡੇ ਵੱਡੇ ਸਿੰਘਾਂ ਵਾਲਾ ਤੇ ਕੋਈ ਨਹੀਂ ਸਿੰਘਾਂ ਨੂੰ ਕੀ ਕਰਨਾ ਤੁਸੀਂ ਉਹ ਕੁਰਬਾਨੀ ਦੇਣੀ ਹੈ ਸਿੰਘੇ ਵੀ ਸਹੀ ਠੀਕ ਠਾਕ ਨੇ ਨਹੀਂ ਉਹ ਕੋਈ ਚੱਕਰ ਨਹੀਂ ਹੈ ਮੈਨੂੰ ਨਹੀਂ ਸਮਝ ਚ ਨਹੀਂ ਆਉਂਦਾ ਸਾਨੂੰ ਆ ਖੱਸੀ ਕਰਵਾਣਾ ਅਸੀਂ ਹੈਂਡਲ ਦੋਨੇ ਜਿੱਦਣ ਖੱਸੀ ਕਰਾਇਆ ਬੜਾ ਘੱਟ ਜਾਣਾ ਹੈ ਸਾਡੇ ਕੋਲ ਜਿੰਨੇ ਬੱਕਰੇ ਨੇ ਟੋਟ ਜਿੰਨੇ ਵੀ ਆਉਣੀ ਆ ਕੋਈ ਆਏਗੀ ਸਮੈਲ ਕੋਈ ਨਾ ਤੁਸੀਂ ਇਹਨੂੰ ਦਵਾਈ ਦਿੱਤੀ ਦੀ ਹੈ ਸਾਰੇ ਖੱਸੀ ਕਰਵਾਏ ਨਾ ਦਵਾਈ ਦਿੱਤੀ ਦੀ ਹੈ ਤੁਸੀਂ ਇਹਨੂੰ ਠੀਕ ਹੈ ਇਹ ਹੱਡੀਆਂ ਦੀਆਂ ਸਾਰੇ ਢਾਂਚੇ ਦਾ ਢਾਂਚਾ ਹੀ ਲੱਭਦਾ ਪਿਆ ਵੀ ਖੁਸ਼ਕੀ ਨਿਕਲ ਨਿਕਲ ਬਾਹਰ ਅੰਦਰ ਇਹਨੂੰ ਦੇਣੀ ਹੈ ਸਭ ਕੁਝ ਕਰਨਾ ਇਹਨੂੰ ਦੇਣੀ ਹੈ ਦਿੱਤੀ ਤੇ ਨਹੀਂ ਨਾ ਨਹੀਂ ਤਾਂ ਹੀ ਆ ਇਹ ਹੀ ਤਾਂ ਚੀਜ਼ ਹੈ ਨਾ ਤਾਂ ਹੀ ਆ ਕਿ ਦੋ ਦਾ ਪਤਾ ਕਿ ਲੈ ਆ ਦੇ ਪ੍ਰਾਫਿਟ ਨਾ ਦੇਣ ਪ੍ਰਾਫਿਟ ਨਾਲ ਨਹੀਂ ਦਿੰਦੇ ਅਸੀਂ ਤੇ ਬੱਚੇ ਲੈ ਦਨੇ ਪ੍ਰਾਫਿਟ ਨਾਲ ਨਹੀਂ ਦੇਣਾ ਤੇ ਕਿੰਨੇ ਦਾ ਲਿਆ ਦੇ ਕਾਫੀ ਢੇਰ ਦਾ ਲਿਆ ਦਾ ਛੋਟਾ ਬੱਚਾ ਹੀ ਰੁਲਿਆ ਉਦੋਂ ਕਿੰਨੇ ਦਾ ਲਿਆ ਉਦੋਂ 18 ਦਾ ਲਿਆ ਮੇਰੀਆਂ ਬੱਕਰੀਆਂ ਦੇ ਪਿੱਛੇ ਲੇਲੇ ਨੇ ਠੀਕ ਹੈ ਉਹ ਇੱਥੇ ਨਹੀਂ ਮੈਂ ਰੱਖੇ ਦੇ ਆਪਣੇ ਮਾਲ ਦੇ ਵਿੱਚ ਨਹੀਂ ਰੱਖੇ ਦੇ ਠੀਕ ਹੈ ਫਾਰਮ ਤੇ ਨੇ ਉਹ ਤੂੰ ਇੰਜ ਕਰ ਕਿ ਜਿਹੜੇ ਛੋਟੇ ਬੱਚੇ ਨੇ ਉਹ 15-15 ਹਜ਼ਾਰ ਦੇ ਲੈ ਲੈ ਅਸੀਂ ਕਿਉਂ ਲੈ ਜਾਈਏ ਬੱਕਰੇ ਲੈਣੇ 15-15 ਹਜ਼ਾਰ ਜਿਨ ਜਿੰਨਾ ਦੇ ਗੋਸ਼ਤ ਉਸ ਹਿਸਾਬ ਨਾਲ ਤੂੰ ਪੈਸੇ ਮੰਗ ਪੈਸੇ ਦੇਈਏ ਤੇ ਗੱਲ ਤੁਸੀਂ ਫਾਇਨਲ ਦੱਸ ਦੋ ਹੁਣ 15-16 ਕਿਲੋ ਦਾ ਹਿਸਾਬ ਨਾਲ ਲੈਣੇ ਪੈਣਾ ਕੋਸ਼ਟ 15 ਸੌ ਦਾ ਕਿਲੋ ਲੈਣਾ ਹੀ 26000 ਦਾ ਬੱਕਰਾ ਲੈਣਾ ਹੀ ਤੇ ਉਹ ਇਹਦਾ ਕਾਦੀ ਇਹਨਾਂ ਕਹਦਾ ਕਾਦ ਕੀ ਵੀ ਬਣ ਜਾਏਗਾ ਇਹ ਆ ਜਨੇ ਬੜਾ ਵੱਡਿਆ ਬੱਕਰਾ ਬਣਨਾ ਹੀ ਤੇ ਕਿਹੜੇ ਸਹੀ ਤੇ ਗਰਮੀਆਂ ਚ ਤੇ ਸਿਆਲ
ਮਰਜ਼ੀ ਬੰਦੇ ਨੇ, ਤੂੰ ਵਪਾਰੀ ਹੋ ਤੁਸੀਂ ਨਾ, ਵਪਾਰੀ ਹੋ ਠੀਕ ਹੈ, ਤੂੰ ਗੱਲ ਸੁਣਾਈ ਹੈ 18,000 ਰੁਪਏ ਦਾ ਲੈ ਲਾ, ਕੋਈ ਐਡਾ ਪਾਗਲ ਨਹੀਂ ਹੈ ਵੀ, ਤੇ ਨਾ ਤੇਰਾ ਭਰਾ ਜਿਹੜਾ ਪੂਰਾ ਇਲਾਕਾ ਫਿਰ ਛੱਡਦਾ ਨਾ, ਮੈਨੂੰ ਪਤਾ ਬੰਦੇ ਨੇ ਦੱਸਿਆ ਸੀ ਕਿ ਤੁਹਾਡੇ ਕੋਲ ਲੇਲੇ ਹੈ ਨੇ, ਉਹਨਾਂ ਨੇ ਦੱਸਿਆ ਸੀ ਕਿ ਅਬਲਗ ਤੁਹਾਡੇ ਕੋਲ ਭਾਰਾ ਲੇਲਾ ਆਇਆ ਦਾ, ਤੇ ਉਹ ਤਕਰੀਬਨ 32-33 ਦੇ ਵਿੱਚ ਹੈ ਆਇਆ ਲੇਲਾ, ਮੈਂ ਕਿਹਾ ਠੀਕ ਹੈ ਮੈਂ ਤਾਂ ਆਇਆ ਸਾਂ ਉਹ ਵੇਖਣ, ਤੁਹਾਡੇ ਕੋਲ 21 ਆ ਲੇਲਾ ਵੀ, ਤੁਹਾਡੇ ਭਰਾ ਨੇ ਉੱਥੇ ਦੱਸਿਆ ਕਿ ਯਾਰ ਹੈ ਨੀ ਇੱਕ ਦੂਸਰਾ, ਉਹ ਬਹੁਤੇ ਟੈਡੀ ਹੈ ਬੱਕਰੇ ਹੀ ਕਿਰਾਏ ਦਾ ਉਸਤਾਦ ਜੀ, ਆ ਬੱਕਰੇ ਕੋਈ 18-20 ਸਿਆਲ ਦੇ ਕੀਤੇ ਦੇ ਹਨ, ਸਾਰਾ ਸਿਆਲ ਨਹੀਂ ਫੇਰਦੇ ਆ, ਸਿਆਲ ਮੁੱਕਾਂ ਦੀ ਦੇਰ ਹੋਈ ਆ, ਅੱਜ ਦੇ ਅਖਦਾ ਦਾ ਨਾ ਟੋਕਾ ਕਿ ਤੁਸੀਂ ਕਿੰਨਾ ਕੁ ਤੇਜ਼ ਰੱਖਿਆ ਦਾ, ਮੈਨੂੰ ਦੱਸ ਛੱਡੋ, ਨਹੀਂ ਅਸੀਂ ਟੋਕਾ ਤੇਜ਼ ਰੱਖਦੇ ਨੇ, ਬੱਕਰੇ ਵਿਕਦੇ ਨਹੀਂ, ਅਸੀਂ ਸਸਤਾ ਰੱਖਿਆ, ਨਹੀਂ ਨਹੀਂ ਤੁਸੀਂ ਬਹੁਤ ਸਸਤਾ ਰੱਖਿਆ, ਤੁਸੀਂ ਦਿੰਦੇ ਹੀ ਨਹੀਂ ਪਏ ਤੇ, ਦਿੱਤਾ ਰਾਜਾ ਜੀ ਹੁਣ ਮਾਲ ਚਲਾ ਗਿਆ ਅੱਜ ਕਾਲੇ 'ਚ, ਪਿੰਡ ਵਾਲਿਆਂ ਨੂੰ ਲੁੱਟ ਲਿਆ ਜੇ ਨਾ, ਨਹੀਂ ਨਹੀਂ ਲਟਾਉਂਦੇ ਨਹੀਂ, ਇਹਨੂੰ ਤੇ ਮੈਂ ਅੱਜ ਕੋਈ ਨੀ ਲਟਾਉਂਦਾ, ਮੈਂ ਤਾਂ ਲਿਆ ਦਾ ਵੀ ਕੀ ਉਹਦਾ ਨਾਂ ਆ, ਇਹਦੇ ਨਾਲ ਤਾਂ ਮੈਂ 12,000 ਦਾ ਨਹੀਂ ਲੈਂਦਾ, ਨਹੀਂ ਰਮਜ਼ਾ ਅਸੀਂ 16,000 ਦਾ ਵੇਚਿਆ ਦਾ, ਸਹੀ ਗੱਲ ਤੇ ਆ, ਸਹੀ ਗੱਲ ਤੇ ਮੈਂ ਅੱਜ ਲੈ ਸਕਦੇ ਆ 25,000 ਤੇ, ਕੋਈ ਨਹੀਂ ਲੈ ਸਕਦੇ 20,000 ਰੁਪਏ ਨਹੀਂ ਦੇਣਾ ਬੱਕਰਾ ਯਾਰ, ਤੁਸੀਂ ਨਹੀਂ ਲੈਣਾ ਬੱਕਰਾ, ਦੇਣਾ ਨਹੀਂ ਉਹਨੂੰ ਬੱਕਰਾ, ਆਹ ਦੇਣਾ ਹੀ ਨਹੀਂ ਬੱਕਰਾ, ਮਸਾਂ ਉਹ ਕੀ ਵਜ੍ਹਾ, ਬਸ ਨਹੀਂ ਦੇਣਾ ਬੱਕਰਾ, ਗੁੱਸਾ ਕਰ ਗਏ, ਹਾਂਜੀ ਮਸਾਂ ਕਿਹੜੀ ਗੱਲ 'ਚ, ਤੁਸੀਂ ਪੈਸੇ ਥੋੜ੍ਹੇ ਦਿੰਦੇ ਪਏ, ਨਹੀਂ ਕੀ ਉਹ ਜਿਹੜਾ ਜਿਹੜੇ ਸਾਡੇ ਨੋਟ ਨੇ ਉਹਨਾਂ ਦਾ ਗਾਂਧੀ ਦੀ ਤਸਵੀਰ ਯਾਰ, ਤੇ ਗਾਂਧੀ ਦੀ ਤਸਵੀਰ ਆ ਬੱਕਰੇ, ਇਹ ਕੀ ਬੱਕਰੇ ਦੇ ਪੈਸੇ ਨਹੀਂ ਦਿੰਦੇ ਪਏ, ਨਹੀਂ ਦਿੰਦੇ ਪਏ, ਖੁਦਾ ਦਾ ਖੌਫ ਕਰ ਰਹੇ, ਤੈਨੂੰ ਸਹੀ ਗੱਲ ਕਰਨੀ, ਪੱਠੇ ਪਾਉਂਦੇ ਆ ਨਾ, ਪੱਠੇ ਪਾਣਾ ਪਏ ਤੇ ਪੱਠਿਆਂ ਦੇ ਪੈਸੇ ਦਿੰਨਾ ਪਿਆ ਨਾ, ਰੋਜ਼ ਮਿਸਤਰੀਆਂ ਮਗਰ ਦਿਹਾੜੀ ਲਾਉਣ ਜਾਈਏ ਤੇ ਕਿੰਨੇ ਪੈਸੇ ਬਣ ਜਾਂਦੇ, ਬਈ ਤੂੰ ਦਿਹਾੜੀ ਕਦੇ ਲਾਈ ਐ ਨਾ, ਤੇ ਤੈਨੂੰ ਫਿਰ ਕਦਾ ਪਤਾ, ਫਿਰ ਉਹ ਯਾ ਮਾਲ ਚਾਰਨੇ ਆ, ਮਾਲ ਤੇਰਾ 70-80 ਥਾਂ ਮਾਲ ਐ, ਤੂੰ ਵੇਚਣਾ ਪਿਆ ਤੇ ਪੈਸੇ ਨਹੀਂ ਕਮਾਣੇ, ਵੀ ਪੈਸੇ ਤੇ ਕਮਾਣੇ ਨੇ, ਅਗਰ ਤੂੰ ਮੈਨੂੰ ਲੇਲਾ ਦਿੰਨਾ ਪਿਆ ਤੇ ਮੈਂ ਤੈਨੂੰ ਪੈਸੇ ਨਹੀਂ ਦਿੰਨਾ ਪਿਆ ਉਹਦੇ ਵੀ, ਨਹੀਂ ਥੋੜੇ ਦਿੰਨਾ ਪੈਣੇ ਪੈਸੇ ਯਾਰ, ਕੋਈ ਗੱਲ ਕਰ ਵੀ, ਪੈਸੇ ਤੂੰ ਮੰਗਣਾ ਪਿਆ ਜਿਵੇਂ ਤੂੰ ਹਰਨ ਦਾ ਬੱਚਾ ਮੈਨੂੰ ਦਿੰਨਾ ਪਿਆ ਵੀ, ਖੁਸ਼ਕੀ ਹੋਇਆ ਕਸਮ ਖਾ ਕੇ ਤੈਨੂੰ ਲਈ, ਨਾ ਇੱਕ ਦਫਾ ਫਿਰ
ਸੋਲਾਂ ਹਜ਼ਾਰ ਮੈਂ ਜਾਣਦਾ ਨਹੀਂ ਆ ਤੇ ਮੈਂ ਐਡੀ ਦੂਰੋਂ ਕੀ ਕਰਨਾ ਆ ਫਾ ਲੈਣ ਆਇਆ ਵੀ ਉੱਥੇ ਮੈਂ ਮੋਟਰਸਾਈਕਲ ਖਲਾਰ ਰਿਹਾ ਆਪਣਾ ਰੋਡ ਦੇ ਉੱਤੇ ਪੈਲੀਆਂ ਚ ਉਹਦੇ ਬੂਟ ਮੇਰੇ ਭਰੋਗੇ ਨੇ ਆਪਣੇ ਸਿਰ ਤੇ ਲਾਏ ਨਾ ਕਿਤੇ ਦੋ ਕਿਲੋ ਤੇਲ ਤੇਰੇ ਕੋਲ ਕੋਲੂ ਆ ਉੱਥੇ ਖਦਾ ਦਾ ਖੌਫ ਕਰ ਮੈਂ 10 ਕਿਲੋ ਤੇਲ ਪਰਸੋਂ ਲੈ ਕੇ ਗਿਆ ਉਹਦੇ ਕੋਲ ਤੂੰ ਕਹਿੰਦਾ ਬੰਦ ਕਰ ਕੇ ਦੇਣੇ ਕੀ ਕਰਨਾ ਪੈ ਉਦਣ ਮੈਂ ਵੇਖਿਆ ਤੇਰਾ ਮਾਲ ਜਦੋਂ ਤੇਰੀ ਤਮੰਨਾ ਹੋਈ ਹੈਗੀ ਨਾ ਮੇਰਾ ਨੰਬਰ ਲੈ ਲੈ ਮੈਨੂੰ ਫੋਨ ਕਰ ਛੱਡੀ ਯਾਰ ਪਾਰ ਨਾ ਮੇਰਾ ਵੀ ਟਾਈਮ ਦਾਇਆ ਕਰੋ ਆਪਣਾ ਵੀ ਨਾ ਕਰੋ ਬੱਕਾ ਤੁਸੀਂ ਲੈਣਾ ਹੀ ਨਹੀਂ ਮੈਂ ਵੇਚਣਾ ਨਹੀਂ ਤੈਨੂੰ ਮੈਂ 21000 ਰੁਪਏ ਆਖਿਆ ਨਹੀਂ ਥੋੜੇ ਨਹੀਂ ਪੈਸੇ 25000 ਥੋੜਾ ਦਿਲ ਕਰੇਗਾ ਬੱਕਰਾ ਲੈ ਜਿਓ ਨਹੀਂ ਤੇ ਬਾਰ ਬਾਰ ਆਇਆ 25000 ਕਦੇ ਐਡਾ ਲੈ ਲਾ 25000 ਜ਼ਿੰਦਗੀ ਚ ਕਦੇ ਵੇਚੇ ਨਾ ਤੇ 25000 ਤੱਕਿਆ ਨਹੀਂ ਕਹਿੰਦਾ ਹੁੰਦਾ ਤੇ ਨਹੀਂ ਤੱਕਿਆ ਤਾਂ ਤੂੰ ਤਾਂ ਹੀ 25 ਦੇ ਖਲੋ ਰਿਆ ਤੇ ਮੇਰੇ ਸਾਹਮਣੇ ਬੱਚਿਆਂ ਲਈ ਜ਼ਿੱਦ ਕਰ ਬੈਠਾ ਤਾਂ ਤੂੰ 25 ਕੇ ਵੇਖਣਾ ਕਿਹੋ ਜਿਹਾ ਹੁੰਦਾ ਕਾਂ ਚ ਵੇਖਣਾ ਜਿਹੜੇ ਨੋਟ ਨੇ 5-5000 ਵਿੱਚ 5-5000 ਦੇ ਨਹੀਂ ਤੂੰ ਨਹੀਂ ਦੇਣਾ ਦੇ ਮੈਂ ਕੀਤਾ ਹੱਥ ਮਾਰ ਲੋ ਤੈਨੂੰ ਬੱਕਰਾ ਭਲਾ ਕੀ ਹੈ ਬੱਕਰਾ ਹੁਣ ਮੈਂ ਅੱਗੇ ਵੀ ਜਾਣਾ ਲੈ ਲੈ ਵੇਖਣ ਵਾਸਤੇ ਠੀਕ ਹੈ ਬੱਕਰਾ ਮੈਂ ਤੇਰੇ ਕੋਲ ਕੱਲ ਜਾਂ ਪਰਸੋਂ ਤੇਰੇ ਕੋਲ ਲੈ ਲਾਂਗਾ ਨਹੀਂ ਜੀ ਬੱਕਰਾ ਹੁਣੇ ਲੈ ਜਿਓ ਹੁਣੇ ਨਹੀਂ ਲਾਈਓ ਨਹੀਂ ਮੋਟਰਸਾਈਕਲ ਨਹੀਂ ਖੜ ਸਕਦੇ ਯਾਰ ਜਦੋਂ ਵਾਪਸੀ ਤੇ ਹੋ ਸਕਦਾ ਉਧਰੋਂ ਮਾਲ ਕੋ ਲੱਭ ਗਿਆ
ਤੇ ਵਾਪਸੀ ਤੇ ਅਸੀਂ ਲੈ ਕੇ ਆਵਾਂਗੇ ਚੱਲ ਅੱਛਾ ਅਸੀਂ ਕੱਲ ਨੇ ਮੁੰਡੇ ਨੂੰ ਕਰਦੇ ਹਾਂ ਫੋਨ ਆ ਆਸ ਲੈ ਜਾਂਦਾ ਹਾਂ ਦਿਲ ਨਾਲ ਭਰਾ ਤੇਰਾ ਵੀ ਆ ਗਏ ਲੈ ਲਿਆ ਬੱਕਰਾ ਜੀ ਸਰ ਲੈ ਲਿਆ ਬੱਕਰਾ ਮਾਸ਼ਾਅੱਲਾ ਇਹ ਹੈ ਕਿ ਬੱਕਰਾ ਤਾਂ ਇਤਨੀ ਦੋਗਲਾ ਹੀ ਹੈ ਇਤਨਾ ਨਸਲੀ ਵੀ ਨਹੀਂ ਹੈ ਅਗਰ ਇਸੇ ਬੰਦਾ ਰੱਖੇ ਅਗਲੇ ਸਾਲ ਕੇ ਲਈ ਇਹ ਹੈ ਕਿ ਵੈਸ ਬਾਈ ਕੇ ਪਾਸ ਲੋਕ ਆਤੇ ਹੈ ਤੋ ਇਹ ਹੈ ਕਿ ਵੈਸ ਬਾਈ ਇਸੇ ਜਾਤੇ ਹੀ ਸੇਲ ਕਰ ਦੇਂਗੇ ਠੀਕ ਹੈ ਤੋ ਕਿਸੇ ਜਿਸ ਬੰਦੇ ਨੇ ਇਸਕੋ ਸ਼ੌਕ ਕੇ ਲਈ ਰੱਖਣਾ ਹੈ ਨਾ ਤੋ ਉਹ ਬੰਦਾ ਇਸੇ ਰੱਖ ਸਕਦਾ ਹੈ ਜੀ ਅਵੈਸ ਬਾਈ ਆਪ ਰੱਖੇਂਗੇ ਇਸਕੋ ਜਾਂ ਤਿਆਰ ਕਰੇਂਗੇ ਨਹੀਂ ਮੈਂ ਈਦ ਕੇ ਲਈ ਬਸ ਰੱਖੂੰਗਾ ਜਿਤਨੇ ਵੀ ਮੈਂ ਸੇਲ ਕਰ ਰਹਾ ਹੂੰ ਇਸ ਵਕਤ ਲੈ ਰਹਾ ਹੂੰ ਬੱਕਰੇ ਜਿਤਨੇ ਵੀ ਬਸ ਈਦ ਕੇ ਲਈ ਈਦ ਕੇ ਬਾਅਦ ਮੈਂ ਨਹੀਂ ਰੱਖੂੰਗਾ ਉਸਕੇ ਬਾਅਦ ਈਦ ਕਾ ਜਬ ਸੀਜ਼ਨ ਚਲੇ ਜਾਏਗਾ ਦੋ ਤਿੰਨ ਮੰਥ ਕੇ ਬਾਅਦ ਦੇਖੂੰਗਾ ਅਗਰ ਬੱਕਰੇ ਰੱਖਣੇ ਹੋਣਗੇ ਤੋ ਰੱਖੂੰਗਾ ਨਹੀਂ ਤੋ ਫਿਰ ਈਦ ਕੇ ਫਿਰ ਇਨਸ਼ਾਅੱਲਾ ਉਸ ਬਾਅਦ ਆਦਮੀ ਨੇ ਬਾਤਾਂ ਕੁਛ ਐਸੇ ਕੀ ਮੈਂ ਵੀ ਕੁਛ ਜਜ਼ਬਾਤੀ ਹੋ ਗਿਆ ਮੈਨੇ ਸੋਚਾ ਕਿ ਇਹ ਇਨਸਲਟ ਹੈ ਅਗਰ ਉਸਕੋ ਪੈਸੇ ਨਾ ਦੇ ਤੋ ਫਿਰ ਵੀ ਕਭੀ ਕਿਸੇ ਕੋ ਮਿਲਣਾ ਹੋਤਾ ਇਹ ਨਾ ਸਮਝੇ ਕਿ ਇਹ ਲੋਕ ਐਸੇ ਹੀ ਆ ਗਏ ਤੰਗ ਕਰਨ ਵਾਲੇ ਤੋ ਮੈਨੇ ਕਿਹਾ ਚਲੋ ਜੋ ਵੀ ਹੈ 1,500 ਮੇਰੀ ਨਜ਼ਰ ਮੇ ਤੋ ਮਹਿੰਗਾ ਮੇਰੇ ਮੇਰੇ ਅੰਦਾਜ਼ੇ ਸੇ ਮੈਨੇ ਮਹਿੰਗਾ ਲਿਆ ਉਸਕੇ ਹਿਸਾਬ ਸੇ ਅਗਰ ਦੇਖੇ ਤੋ ਫਿਰ ਮੈਨੇ ਸੋਚਾ ਚਲੋ ਕੋਈ ਬਾਤ ਨਹੀਂ ਲੈ ਹੀ ਲੇਤੇ ਕੋਈ ਬਾਤ ਨਹੀਂ